ਫਾਈਨਲੀ ਜੀ ਗੁਰੂ ਤਿਆਰ ਹੋ ਗਿਆ ਲੇਕਿਨ ਇਸ ਨਾ ਉਹ ਉੱਥੇ ਉਤਾੜ ਕੇ ਸਾਨੂੰ ਮੈਂ ਦਿਖਾਇਆ ਨਾ ਰਹੋ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੇਰਾ ਨਾਮ ਫਰਹਾਨ ਅਦਰ ਖਾਨ ਤੁਸੀਂ ਦੇ ਯੂਟਿਊਬ ਚੈਨਲ ਫਰਹਾਨਵਰਡ ਉਮੀਦ ਕਰਨਾ ਅੱਲਾਹ ਦੇ ਕਰਮ ਨਾਲ ਸਾਰੇ ਠੀਕ ਠਾਕ ਹੋ ਸੋ ਜਾਈਦਾ ਵਲੌਗ ਕਰੀਦੇ ਆ ਸ਼ੁਰੂ ਜਿਵੇਂ ਕਿ ਤੁਸੀਂ ਦੇ ਪਏ ਮੈਂ ਮੋਟਰਸਾਈਕਲ 'ਤੇ ਬੈਠੋ ਹਾਂ ਅਤੇ ਮੈਂ ਹੁਣ ਮੈਨੂੰ ਹਾਂ ਫਿਰ ਨਾਨਕੇ ਕਿਉਂਕਿ ਉੱਥੇ ਪੈਣ ਮੇਰੇ ਛੋਲੇ ਅਤੇ ਉਹ ਛੋਲੇ ਮੈਂ ਚਾਹੁੰਦੇ ਜਾ ਕੇ ਅਤੇ ਦੁਕਾਨ 'ਤੇ ਦੇ ਆਉਣੇ ਅਤੇ ਬਾਅਦ ਕੁਝ ਨਾ ਜੇਬ ਖਰਚੀ ਆਪਣੇ ਕੋਲ ਰੱਖਣੀ ਹੈ ਅਤੇ ਹੁਣ ਮੈਂ ਪਹਿਲੇ ਮੈਂ ਕੋਈ ਛੋਲੇ ਦੇ ਆਉਂਦੇ ਹਾਂ ਅਤੇ ਜਿਹੜੀ ਆਪਣੀ ਜੇਬ ਖਰਚੀ ਹੈ ਨਾ ਉਹ ਆਪਣੀ ਜੇਬ 'ਚ ਰੱਖਦੇ ਜਵਾਬ ਬਲਕਿ ਮੇਰੀ ਯਾਦ ਤੇ ਫਾਇਦਾ ਹੀ ਤਾਂ ਹੁੰਦਾ ਦੇਖਣ ਦਾ ਜਿਸ ਟਾਈਮ ਦੇਖੋ ਤਾਂ ਪੂਰਾ ਦੇਖੋ ਪੂਰਾ ਦੇਖੋ ਉਸ ਤੋਂ ਵੀ ਨਾ ਮੈਂ ਇਹ ਗੱਲ ਨੋਟ ਕੀਤੀ ਤੂੰ ਕੋਈ ਸਿਰਫ ਵਿਲਾਗ ਨਹੀਂ ਤੂੰ ਵਿੱਚ ਕਸ਼ੀਆਂ ਹੋਰ ਬਣਾ ਕੋ ਫਨੀ ਵੀਡੀਓ ਬਣਾ ਜਿਵੇਂ ਬੰਦੇ ਬਣਾਉਂਦੇ ਬਦੇ ਹੁੰਦੇ ਮਿਸਾਲ ਗੱਲ ਕੋ ਪੈਸੇ ਰੱਖ ਕੇ ਭਈ ਇਹ ਸ਼ੈਖਾ ਹੋ ਤਾਂ ਇਹ ਤੇਰੇ ਇਤਨੇ ਪੈਸੇ ਉਸੇ ਨੇ ਸ਼ੈਖਾ ਵਜੋਂ ਵਿੱਚ ਬੋਤਲ ਸੱਟੋ ਪਾਣੀ ਸੱਟੋ ਮਤਲਬ ਇਸ ਕਿਸਮ ਦੀ ਕੋਈ ਟੀਮ ਬਣਾ ਦੋ ਤਰ੍ਹਾਂ ਬੰਦੇ ਹੋਣ ਪਏ ਬਿਸ਼ੱਕ ਇਹ ਯਾਰ ਦੀ ਫਨੀ ਵੀਡੀਓ ਬਣਾ ਤਾਂ ਚੈਨਲ ਚੱਲਦਾ ਖਾਲੀ ਵਿਲਾਗ ਹੁਣ ਜਮਾਲੀ ਕਿਤੇ ਨਾ ਆਪਣੇ ਪਤਾ ਖਾਲੀ ਵਿਲਾਗ ਮਤਲਬ ਕਿਹੜੀ ਸ਼ੈਦ ਰੋਜ਼ਾਨਾ ਬੰਦਾ ਬਣਾ ਹੀ ਨਹੀਂ ਸਕਦਾ ਕੋਈ ਕੰਟੈਂਟ ਬਣਾ ਕੋਈ ਸ਼ੈ ਨਹੀਂ ਯਾਰ ਦੀ ਬਣਾ ਹੁਣੇ ਤੇਰਾ ਕੰਫੀਡੈਂਸ ਵਧ ਗਿਆ ਗੱਲ ਚੱਲ ਤੂੰ ਵੀ ਠੀਕ ਕਰਕੇ ਪਹਿਲੇ ਥੋੜੀ ਛੱਪ ਛੱਪ ਕੇ ਕਰੀਨਾ ਹੁਣ ਗੱਲਾਂ ਛਲਾਂ ਵਿੱਚ ਸਹੀ ਕਰੀਨਾ ਇਹ ਯਾਰ ਬਣਾਈ ਰੱਖ ਤੇ ਨਾਲ ਕੋਈ ਸ਼ੈ ਵਿੱਚ ਹੋਰ ਬਣਾ ਮੈਂ ਤੈਨੂੰ ਇੱਕ ਵੀਡੀਓ ਇਹਨਾਂ ਸੈਂਡ ਕਰੇ ਸਮੇਂ ਉਸ ਦੇ ਨਾਲ ਦੀਆਂ ਕੋ ਬਣਾ ਕੋ ਟੀਮ ਸੀ ਬਣਾ ਅੱਛਾ ਜੀ ਵਾਇਸ ਸੁਣ ਕੇ ਕਾਫੀ ਮੈਨ ਅੱਛਾ ਲੱਗਿਆ ਭਾਈ ਕਿ ਬੰਦੇ ਮੈਨ ਆਖਿਆ ਭਾਈ ਤੂੰ ਵੀਡੀਓ ਠੀਕ ਬਣਾਇਆ ਤਾਂ ਭੈਣ ਆਵਾਜ਼ ਕੋਈ ਬਿਹਤਰੀ ਆ ਗਈ ਹੈ ਅਤੇ ਲੇਕਿਨ ਉਹ ਜਿਵੇਂ ਆਦਨ ਕੋਈ ਫਨੀ ਵੀਡੀਓ ਬਣਾਵੇ ਤਾਂ ਉਸ ਵਾਸਤੇ ਕੋਈ ਮੇਰੇ ਕੋਲ ਪਾਰਟਨਰ ਕੋਈ ਨਾਲ ਪੈ ਜਿਸ ਨੂੰ ਮੈਂ ਆਖਿਆ ਮੇਰੇ ਵੀਡੀਓ ਬਣਾਵੇ ਕਿਉਂਕਿ ਇੱਥੇ ਜਿਹੜੇ ਹਨ ਮੇਰੇ ਦੋਸਤ ਸਾਰੇ ਉਹ ਥੋੜ੍ਹੇ ਜਿਹਾ ਸੀਰੀਅਸ ਰਹਿੰਦੇ ਨੇ ਮਜ਼ਾਕ ਵਿੱਚ ਰਾਜ ਕੇ ਕਰ ਲੈਂਦੇ ਲੇਕਿਨ ਵੀਡੀਓ ਬਣਾਉਣ ਵਾਲੇ ਮਾਮਲੇ 'ਚ ਉਹ ਔਕਾ ਫਰਕ ਹੈ ਮੇਰੇ ਕੋਲ ਮੇਰਾ ਸਾਥ ਕੋਈ ਨਾ ਰਹੇ ਸਨ ਮੈਨੂੰ ਇਤਨਾ ਹੈ ਵੇ ਪਤਾ ਹੈ ਵੇ ਲੇਕਿਨ ਮੈਂ ਕੋਸ਼ਿਸ਼ ਕਰੇ ਸਾਨੂੰ ਰੱਖੇ ਸਾਂ ਕਰੋ ਮੇਰਾ ਸਾਥ ਦਿੱਤਾ ਤਾਂ ਇਨਸ਼ਾਅੱਲਾ ਮੈਂ ਫਨੀ ਵੀਡੀਓ ਵੀ ਜ਼ਰੂਰ ਬਣਾਈਆਂ ਕਰੇ ਸਾਂ ਇਹ ਹਰ ਸ਼ੋਅ ਮੈਂ ਇਕੱਠੀ ਕਰ ਲਈ ਜੀ ਤਾਂ ਹੁਣ ਮੈਂ ਬਣਾਇਆ ਨਾ ਗੁੱਡਾ ਤੇ ਬਾਕੀ ਚੜੀ ਹੈ ਹਵਾ ਫਾਈਨਲੀ ਜੀ ਗੁੱਡਾ ਮੁਕੰਮਲ ਤਿਆਰ ਹੋ ਗਿਆ ਅਤੇ ਹੁਣ ਮੈਂ ਇੱਥੇ ਛੱਤ 'ਤੇ ਅਤੇ ਵੰਜ ਕੇ ਉਡੋ ਰਹੇ ਨੇ ਟਾਈਮ ਲਾ ਕੇ ਗੁੱਡਾ ਬਣਾਇਆ ਅਤੇ ਗੁੱਡਾ ਮੇਰਾ ਵੰਜ ਕੇ ਨਾ ਉਹ ਉੱਥੇ ਉਤਾੜ ਕੇ ਤੁਹਾਨੂੰ ਮੈਂ ਦਿਖਾਇਆ ਨਾ ਰਵੋ ਇਹ ਦੇਖੋ ਤੁਹਾਨੂੰ ਨਜ਼ਰ ਆਉਂਦਾ ਸਾਵਾ ਸਾਵਾ ਇੱਥੇ ਗੁੱਡਾ ਆੜ ਗਿਆ ਅਤੇ ਇਸ ਨੂੰ ਮਾਈਕ ਹੁਣ ਮੈਂ ਲਹੀ ਨਾ ਫਾਹ ਲਈ ਮਿੰਟ ਲੀਂਦੀ ਪਈ ਹੈ ਇਹ ਸਾਹਮਣੇ ਮੈਂ ਬਣਾ ਲਈ ਲੰਬੀ ਫਿਲਹਾਲ ਇਸ ਮਰਹੂ ਜ਼ਰੂਰ ਕੋਈ ਉੱਤੋਂ ਵੰਜਣ 'ਤੇ ਅਤੇ ਇਹ ਗੁੱਡ ਉਹ ਵੀ ਲੈ ਗਿਆ ਇੱਥੇ ਗੁੱਡ ਅੱਗੇ ਚੜ੍ਹਿਆ ਉਹ ਤਲਾ ਲੈ ਗਿਆ ਅਤੇ ਇਸ ਤੋਂ ਉੱਪਰ ਰੂਹ ਕੋਈ ਵੰਜਣ 'ਤੇ ਅਤੇ ਹੁਣ ਮੈਂ ਤਲੇ ਕੇ ਚਿਪਸ ਲੈ ਆਉਣੇ ਪਹਿਲੇ ਚਿਪਸ ਲੈ ਆਉਣਾ ਅਤੇ ਵਾਤ ਆਉਂਦਾ ਉੱਤੋਂ ਛੱਤ 'ਤੇ ਰੇਤ ਕੋਲ ਲੈਂਦਾ ਪਿਆ ਜੀ ਉਹ ਨਸਰ ਹਲ ਖੋਲ ਖੋਲ ਖਲੋਤਾ ਹੈ ਮੈਂ ਕਿ ਚਿਪਸ ਲੈ ਆਉਣਾ ਅੱਛਾ ਜੀ ਇਹ ਆਪਣਾ ਜਿਪਸਾਨ ਕੋਲ ਆਉਣ ਬਾਂਦਾ ਖਲੋਤ ਮਾਫ ਕਰਨਾ ਮੈਂ ਇਧਰ ਮਨਤ ਕੀਤੇ ਨਾ ਆਇਆ ਕਰ ਸਾਰੇ ਮਹੱਲੇ ਤੇਰੇ ਵਾਤ ਆ ਵੈਂਦੇ ਅਤੇ ਹੁਣ ਚਿਪਸ ਲੈ ਕੇ ਮੈਂ ਤਾਂ ਬਣਾਇਆ ਤਾਂ ਚਿਪਸ ਬਣਦੇ ਪੈਣ ਇਹ ਦੇਖੋ ਅਤੇ ਲੈ ਮੈਂ ਘਰ ਚਿਪਸ ਪੀਂਦੇ ਹਾਂ ਅਤੇ ਇਹ ਚੈੱਕ ਕਰੋ ਇਹ ਖਲੋ ਤੈਨੂੰ ਚਿਪਸ ਬਣਾਇਆ ਦਾ ਰੂਹ ਤਾਂ ਨਹੀਂ ਮਿਲਦਾ ਇਹਦੇ ਖਾਣ ਦੇ ਲੇਕਿਨ ਬਾਅਦ ਵਿਹਲੀ ਫਿਰ ਆਏ ਖਾ ਲੈਂਦੇ ਹਾਂ ਇਹ ਬੜੀ ਅੱਛੀ ਬਾਤ ਕਹੀ ਆ ਅਤੇ ਆ ਗਏ ਜੀ ਮੇਰੇ ਚਿਪਸ ਅਤੇ ਹੁਣ ਖਲੋ ਕੇ ਚਿਪਸ ਖਾਣੇ ਆ ਤੁਸੀਂ ਖਾਣੇ ਤੋਂ ਸਭ ਤੁਸੀਂ ਮਿਲਾ ਸਕਦੇ ਹੋ ਅੱਛਾ ਜੀ ਗੁੱਡਾ ਮੈਂ ਚਾੜ ਲਿਆ ਅਤੇ ਹੁਣ ਤੁਹਾਨੂੰ ਦੁਖਿਆ ਨਾ ਗੁੱਡਾ ਚੰਗਾ ਉੱਤੋਂ ਗਏ ਹੋਇਆ ਮਤਲਬ ਕਿ ਥੋੜ੍ਹੀ ਹੈ ਕਿਉਂਕਿ ਇਸ ਵਾਸਤੇ ਨਾ ਜ਼ਿਆਦਾ ਡੋਰ ਨਹੀਂ ਦਿੱਤੀ ਉਹ ਦੇਖੋ ਗੁੱਡਾ ਖਲੋਤਾ ਹੋਇਆ ਸਾਹਮਣੇ ਤਾਂ ਨਜ਼ਰ ਆਉਂਦਾ ਪਿਆ ਸੀ ਅਤੇ ਹੁਣ ਬਸ ਇਸ ਨੂੰ ਮੈਂ ਲਾ ਲੈਣਾ ਗੁੱਡਾ ਬਿਲਕੁਲ ਮੇਰੇ ਨੇੜੇ ਆ ਗਿਆ ਅਤੇ ਹੁਣ ਇਸ ਨੂੰ ਮੈਂ ਲਾ ਲੈਣਾ ਇਹ ਦੇਖੋ ਪਹਿਲੇ ਦੂਰ ਆਏ ਹੁਣ ਇੱਕ ਨੇੜੇ ਆ ਗਏ ਅਤੇ ਬਸ ਉਹ ਦੇਖੋ ਉਹ ਗਿਆ 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 ਕੁੱਤੀਆਂ ਖਾਂਦਾ ਵਧਿਆ ਲੇਕਿਨ ਹਵਾ ਆਏ ਨਾ ਇਹ ਸਹੀ ਉਹਦੇ ਖਲੋਤੇ ਅੱਜ
ਇਹ ਥਾਂ ਪਿਆਰਾ ਸੀ ਉੱਤੇ ਰੱਖੀ ਨੇ ਸਟੈਂਡ ਤਾਂ ਕਿ ਉੱਡੇ ਨਹੀਂ ਠੀਕ ਕਿ ਤੁਹਾਨੂੰ ਅੱਜ ਦਾ ਵਲੌਗ ਪਸੰਦ ਹੋਇਆ ਸੀ ਅਗਰ ਵਲੌਗ ਪਸੰਦ ਆਇਆ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਜੇ ਨਹੀਂ ਕੀਤਾ ਤਾਂ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਅੱਲਾ ਹਾਫਿਜ਼।